ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਦੇ ਮੌਕੇ ਤੇ ਸ਼ਨੀਵਾਰ ਨੂੰ ਹੋਈ ਟਰੂਪਿੰਗ ਦੀ ਕਲਰ ਪਰੇਡ ਵਿੱਚ ਇੱਕ ਦਸਤਾਰਧਾਰੀ ਸਿੱਖ ਪਹਿਲੀ ਵਾਰ ਸ਼ਾਮਲ ਹੋਇਆ। 22 ਸਾਲਾ ਗਾਰਡਸਮੈਨ ਚਰਨਜੀਤ ਸਿੰਘ ਲਾਲ ਦੇ ਨਾਲ ਇਸ ਪਰੇਡ ਦੇ ਵਿੱਚ ਲਗਭਗ 1000 ਗਾਰਡਸਮੈਨ ਸ਼ਾਮਲ ਹੋਏ। ਸਮਾਗਮ ਵਿੱਚ ਗਾਰਡਸਮੈਨ ਚਰਨਜੀਤ ਸਿੰਘ ਲਾਲ ਪਹਿਲਾ ਅਜਿਹਾ ਫੌਜੀ ਬਣ ਗਿਆ ਹੈ ਜਿਸਨੇ ਟੋਪ ਯਾਨੀ ਕਿ ਹੈਡ ਦੀ ਥਾਂ ਦਸਤਾਰ ਸਜਾ ਕੇ ਮਾਰਚ ਵਿੱਚ ਹਿੱਸਾ ਲਿਆ। ਚਰਨਜੀਤ ਸਿੰਘ ਸਮਾਗਮ ਵਿੱਚ ਹਿੱਸਾ ਲੈਣ ਵਾਲਾ 1000 ਫੌਜੀਆਂ ਦੇ ਵਿੱਚੋਂ ਇਕੱਲਾ ਦਸਤਾਰਧਾਰੀ ਰਿਹਾ। ਉਹਨਾਂ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਕਿਉਂਕਿ ਹੋਰ ਫੌਜੀਆਂ ਦੇ ਟੋਪ ਦੇ ਰੰਗ ਵੀ ਕਾਲਾ ਸੀ। ਸਮਾਗਮ ਵਿੱਚ ਉਹਨਾਂ ਦੇ ਮਾਪਿਆਂ ਅਤੇ ਭੈਣ ਵੀ ਹਾਜ਼ਰ ਰਹੇ। ਨਵੇਂ ਵਿਆਹ ਸ਼ਾਹੀ ਜੋੜੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਾਰਕਲ ਵੀ ਮੌਜੂਦ ਸਨ। ਇਹ ਪਹਿਲੀ ਵਾਰ ਹੈ ਕਿ ਪਿਛਲੇ ਮਹੀਨੇ ਵਿਆਹ ਮਗਰੋਂ ਮੇਗਨ ਕਿਸੇ ਸਮਾਗਮ ਵਿੱਚ ਨਜ਼ਰ ਆਈ ਹੈ। ਚਰਨਜੀਤ ਸਿੰਘ ਲਾਲ ਬਚਪਨ ਤੋਂ ਹੀ ਭਾਰਤ ਤੋਂ ਇੰਗਲੈਂਡ ਆ ਗਿਆ ਸੀ ਅਤੇ ਇੱਥੇ ਲੈਸਟਰ ਵਿੱਚ ਰਹਿੰਦਾ ਹੈ। ਉਹਨਾਂ ਕਿਹਾ ਕਿ ਮਾਰਚ ਵਿੱਚ ਪਗੜੀ ਬੰਨ ਕੇ ਹਿੱਸਾ ਲੈਣ ਵਾਲਾ ਪਹਿਲਾ ਸਿੱਖ ਵਿਅਕਤੀ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਆਹ ਜਿਤਾਈ ਹੈ ਕਿ ਲੋਕ ਇਸ ਘਟਨਾਕ੍ਰਮ ਨੂੰ ਇਤਿਹਾਸ ਵਿੱਚ ਬਦਲਾਅ ਵਜੋਂ ਦੇਖਣਗੇ। ਮੀਡੀਆ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਹੈ ਕਿ ਮੈਂ ਆਸ ਕਰਦਾ ਹਾਂ ਕਿ ਮੇਰੇ ਵਾਂਗ ਹੋਰ ਲੋਕ ਨਾ ਸਿਰਫ ਸਿੱਖ ਸਗੋਂ ਹੋਰ ਧਰਮਾਂ ਅਤੇ ਵੱਖਰੇ ਪਿਛੋਕੜ ਵਾਲੇ ਲੋਕ ਫੌਜ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦੇਣਗੇ। ਦੱਸ ਦਈਏ ਕਿ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਅਸਲ ਜਨਮ ਦਿਨ 21 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਟਰੂਪਿੰਗ ਦਾ ਕਲਰ ਸਮਾਗਮ ਜੂਨ ਦੇ ਕਿਸੇ ਵੀ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਚਰਨਜੀਤ ਸਿੰਘ ਲਾਲ ਨੇ ਕਿਹਾ ਕਿ ਮੇਰੇ ਆਪਣੇ ਲਈ ਪਹਿਲੇ ਪੱਗ ਵਾਲੇ ਸਿੱਖ ਵਜੋਂ ਟਰੂਪ ਦੀ ਕਲਰ ਪਰੇਡ ਕਰਨਾ ਅਤੇ ਐਸਕੌਟ ਦਾ ਹਿੱਸਾ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਮੀਦ ਹੈ ਕਿ ਹੋਰਾਂ ਲਈ ਵੀ ਇੰਨੀ ਹੀ ਮਾਣ ਵਾਲੀ ਗੱਲ ਹੋਵੇਗੀ। ਚਰਨਜੀਤ ਸਿੰਘ ਨੇ ਕਿਹਾ ਕਿ ਜਿਸ ਦਿਨ ਮੈਂ ਪਾਸ ਆਊਟ ਹੋਇਆ ਤਾਂ ਮੇਰੀ ਮਾਂ ਰੋ ਰਹੀ ਸੀ, ਇਸ ਲਈ ਉਸਨੂੰ ਪਤਾ ਹੈ ਕਿ ਉਸਨੂੰ ਪਰੇਡ ਕਰਦੇ ਦੇਖ ਕੇ ਕਿਹੋ ਜਿਹਾ ਲੱਗੇਗਾ। ਟਰੂਪਿੰਗ ਦੀ ਕਲਰ ਪਰੇਡ ਪਿਛਲੇ 250 ਸਾਲਾਂ ਤੋਂ ਰਾਜ ਪ੍ਰਮੁੱਖ ਦੇ ਜਨਮ ਦਿਨ ਤੇ ਜਸ਼ਨਾਂ ਦਾ ਹਿੱਸਾ ਰਹੀ ਹੈ ਜਿਸ ਵਿੱਚ ਫੌਜੀ ਕਰਤੱਵ, ਮਿਊਜ਼ਿਕ ਅਤੇ ਘੋੜਸਵਾਰੀ ਦੇ ਕਰਤੱਵ ਵੀ ਦਿਖਾਏ ਜਾਂਦੇ ਨੇ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।